ਅਸੀਂ ਇਸ ਵੇਲੇ ਮੌਜੂਦ ਹਾਂ ਆਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਵੱਖ-ਵੱਖ ਤਰੀਕੇ ਦੇ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਵੱਖ-ਵੱਖ ਤਰੀਕੇ ਦੇ ਲੰਗਰ ਲਗਾਏ ਗਏ ਨੇ। ਉਹਨਾਂ ਚੋਂ ਇੱਕ ਸਭ ਤੋਂ ਖਾਸ ਲੰਗਰ ਇਸ ਵੇਲੇ ਜਿਹੜਾ ਚੱਲ ਰਿਹਾ ਵਾ ਗੋਲ ਗੱਪਿਆਂ ਦਾ ਲੰਗਰ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿੱਥੇ ਲੋਕਾਂ ਦੀ ਭੁੱਖ ਦਾ ਵੀ ਖਿਆਲ ਰੱਖਿਆ ਜਾਂਦਾ ਲੰਗਰ ਦੇ ਰਾਹੀਂ, ਉੱਥੇ ਦੂਜੇ ਪਾਸੇ ਲੋਕਾਂ ਦੇ ਸਵਾਦ ਦਾ ਵੀ ਜਿਹੜਾ ਉਹ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲੰਗਰ ਦੇ ਰਾਹੀਂ। ਆਓ ਜਿਹੜੇ ਜਿਨ੍ਹਾਂ ਨੇ ਲੰਗਰ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਨੇ ਲੰਗਰ ਇੱਥੇ ਲਗਾਇਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲੀ ਗੱਲ ਤਾਂ ਕੀ ਸੋਚ ਸੀਗੀ ਤੁਹਾਡੀ ਗੋਲ ਗੱਪਿਆਂ ਦਾ ਲੰਗਰ ਲਾਉਣ ਪਿੱਛੇ? ਦੇਖੋ ਜੀ, ਇਹ ਸੋਚ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ NRI ਕਮੇਟੀ ਦੇ ਵੱਲੋਂ ਹੈ, ਸਾਧ ਸੰਗਤ ਇਟਲੀ ਵੱਲੋਂ, ਜੋ ਕਿ ਸਰਦਾਰ ਕਰਨਾਮ ਸਿੰਘ ਦਾ ਬੇਟਾ ਮਨਦੀਪ ਸਿੰਘ ਪਿੰਡ ਮੰਡਕੁੱਲਾ ਡਿਸਟ੍ਰਿਕਟ ਕਪੂਰਥਲਾ ਤੋਂ ਇਹ ਪਿਛਲੇ ਸਾਲ ਵੀ ਤੇ ਐਤਕੀ ਦੀ ਸਾਲ ਵੀ ਇਹ ਗੋਲ ਗੱਪਿਆਂ ਦਾ ਲੰਗਰ ਦੀ ਸੇਵਾ ਕਰ ਰਿਹਾ ਹੈ। ਅਸੀਂ ਵੀ ਸਾਰੇ ਸੱਜਣ ਮਿੱਤਰ ਬਾਹਰ ਦੀ ਸੰਗਤੀ ਹਾਂ, NRI ਬੰਦੇ ਹਾਂ। ਮੈਂ ਵੀ ਇਟਲੀ ਦੇ ਵਿੱਚ ਹੀ NRI ਤੌਰ ਤੇ ਪੱਕਾ ਹਾਂ। ਓਕੇ। ਹੋਰ ਇਹ ਸੋਚ ਇਹ ਵਧੀਆ ਹੈ, ਉਪਰਾਲਾ ਵਧੀਆ ਹੈ, ਹਾਜ਼ਮਾ ਵੀ ਇਹਦੇ ਨਾਲ ਸਹੀ ਚੱਲਦਾ ਹੈ, ਲੰਗਰ ਤੇ ਭਾਂਤ-ਭਾਂਤ ਦੇ ਹਨ। ਇਹ ਅਨੋਖਾ ਇੱਕ ਵੈਰਾਈਟੀ ਅਲੱਗ ਹੈ। ਜਿੱਥੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇਟਲੀ ਤੋਂ ਆਏ ਹੋ, ਇੱਕ ਅੱਜ ਕੱਲ੍ਹ ਬਹੁਤ ਜ਼ਿਆਦਾ ਕਰੋਨਾ ਵਾਇਰਸ ਦਾ ਇੱਕ ਜਿਹੜਾ ਹੈ ਤੁਸੀਂ ਸੁਣਿਆ ਹੋਵੇਗਾ ਇੱਕ ਬਿਮਾਰੀ ਫੈਲੀ ਹੋਈ ਹੈ, ਔਰ ਜ਼ਿਆਦਾਤਰ ਇਟਲੀ ਦੇ ਲੋਕਾਂ ਦੇ ਉੱਤੇ ਜਿਹੜਾ ਉਸ ਚੀਜ਼ ਦਾ ਸ਼ੱਕ ਵੀ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਹੁਣ ਆਹ ਚੀਜ਼ ਆਪਾਂ ਲਗਾਈ ਹੈ ਇਹਦੇ ਵਿੱਚ ਇਸ ਕਿਉਂਕਿ ਕਿਸੇ ਤਰੀਕੇ ਨਾਲ ਗਲੇ 'ਤੇ ਵੀ ਅਸਰ ਤਾਂ ਪਾਉਂਦੀ ਹੈ, ਪਰ ਤੁਹਾਨੂੰ ਕੀ ਲੱਗਦਾ ਕਿਸੇ ਤਰੀਕੇ ਉਸ ਚੀਜ਼ ਅਸਰ ਵੀ ਪਾ ਸਕਦੀ ਹੈ? ਦੇਖੋ ਜੀ, ਮੈਨੂੰ 4 ਮਹੀਨੇ ਹੋ ਗਏ ਇੱਥੇ ਆਏ ਨੂੰ, ਇਹ ਜਿਹੜੀ ਬਿਮਾਰੀ ਮੇਰੇ ਤੋਂ ਬਾਅਦ 'ਚ ਫੈਲੀ ਹੈ। ਬਾਕੀ ਕੋਈ ਅਫਵਾਹਾਂ ਜ਼ਿਆਦਾ ਨੇ, ਮੇਰਾ ਬੇਟਾ ਵੀ ਉੱਥੇ ਹੈ, ਮੇਰੀ ਫੈਮਿਲੀ ਹੋਰ ਵੀ ਉੱਥੇ ਆ, ਉਹ ਕਹਿੰਦੇ ਵੀ ਕੋਈ ਗੱਲਬਾਤ ਨਹੀਂ ਹੈ ਕਿ ਜ਼ਿਆਦਾ ਅਫਵਾਹਾਂ ਨੇ, ਠੀਕ ਹੈ ਨਾ। ਤੇ ਬਾਕੀ ਰੋਕਥਾਮ ਵੀ ਕੀਤੀ ਗਈ ਹੈ, ਚੈੱਕਅਪ ਵੀ ਕਰਦੇ ਆਉਂਦਿਆਂ ਨੂੰ, ਕੋਈ ਬਿਮਾਰੀ ਨਿਕਲਦੀ ਨਹੀਂ ਹੈਗੀ ਹੈ। ਹਾਂਜੀ। ਇਸ ਚੀਜ਼ ਨੂੰ ਜਿੱਦਾਂ ਤੁਸੀਂ ਇਹ ਲੰਗਰ ਚਲਾ ਰਹੇ ਹੋ, ਇਸ ਲੰਗਰ ਨੂੰ ਪ੍ਰਿਪੇਅਰ ਕਰਨ ਦੇ ਵਿੱਚ ਜਾਂ ਇਸ ਲੰਗਰ ਨੂੰ ਬਣਾਉਣ ਦੇ ਵਿੱਚ ਤੁਸੀਂ ਕੀ ਸਾਵਧਾਨੀਆਂ ਦਾ ਖਿਆਲ ਰੱਖਦੇ ਪਏ ਹੋ? ਦੇਖੋ ਜੀ, ਅਸੀਂ ਸ਼ੁੱਧ ਦੇਸੀ ਘਿਓ 'ਚ ਗੋਲਗੱਪੇ ਤਲੇ ਹਨ, ਬਾਕੀ ਵਧੀਆ ਤਰੀਕੇ ਨਾਲ ਮੁੰਡੇ ਸੇਵਾ ਕਰ ਰਹੇ ਹਨ। ਤੇ ਇਹ ਤੋਂ ਜਿਹੜਾ ਇਹਦੇ 'ਚ ਪਾਣੀ ਵਰਤਿਆ ਜਾ ਰਿਹਾ, ਉਹ ਪਾਣੀ ਤੁਸੀਂ ਕਿਹੜਾ ਕਿਸ ਤਰੀਕੇ ਦਾ ਯੂਜ਼ ਕਰ ਰਹੇ ਹੋ? ਅੰਦਰ ਤੋਂ ਲੈ ਕੇ ਆਏ ਜੀ, ਟੂਟੀ ਤੋਂ, ਸਪੈਸ਼ਲ ਟੂਟੀ ਤੋਂ। ਹਾਂਜੀ 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 ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਗੋਲਗੱਪਿਆਂ ਦਾ ਲੰਗਰ ਪਿੱਛੇ ਚੱਲਦਾ ਪਿਆ ਹੈ, ਤੇ ਨਾਲ ਹੀ ਨਾਲ ਇਹਨਾਂ ਨੇ ਦੱਸਿਆ ਕਿ ਜਿਹੜਾ ਇਸ ਗੋਲਗੱਪੇ ਦੇ ਲੰਗਰ ਦੇ ਵਿੱਚ ਪਾਣੀ ਵਰਤਿਆ ਜਾ ਰਿਹਾ, ਉਹ ਫਿਲਟਰਡ ਪਾਣੀ ਵਰਤਿਆ ਜਾ ਰਿਹਾ, ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਇਸ ਲੰਗਰ ਨੂੰ ਬਣਾਉਣ ਦੇ ਵਿੱਚ, ਉਹ ਸਾਵਧਾਨੀਆਂ ਪੂਰੀ ਤਰੀਕੇ ਨਾਲ ਵਰਤੀਆਂ ਜਾ ਰਹੀਆਂ। ਕੈਮਰਾਮੈਨ ਸੁਖਵਿੰਦਰ ਦੇ ਨਾਲ ਮੈਂ ਸਾਇੰਦਰੋੜਾ, ਦੈਨਿਕ ਸਵੇਰਾ ਟੀਵੀ ਦੇ ਲਈ ਆਨੰਦਪੁਰ ਸਾਹਿਬ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन चोरा ठगा तो सावधान, स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद। मोबाइल 84 374 94 647 84 374 94 648।